ਖਰੜ ਦੇ ਨੇੜਲੇ ਪਿੰਡ ਬਰੋਲੀ ਦੇ ਇੱਕ ਬੇਹੱਦ ਗਰੀਬ ਦਲਿਤ ਪਰਿਵਾਰ ਦੀ ਅਣਵਿਆਹੀ ਲੜਕੀ ਦੇ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੀ ਪੰਚਾਇਤ ਅਤੇ ਹੋਰ ਸਿਆਸੀ ਲੋਕਾਂ ਵੱਲੋਂ ਪੀੜਿਤ ਪਰਿਵਾਰ ਉੱਤੇ ਦਬਾਅ ਬਣਾ ਕੇ ਮਾਮਲੇ ਨੂੰ ਰਫਾ ਦਫਾ ਕਰਨ ਦੇ ਸੰਕੇਤ ਮਿਲ ਰਹੇ ਹਨ, ਕਿਉਂਕਿ ਇਸ ਸੰਬੰਧੀ ਹਾਲੇ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਲੜਕੀ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਸਦਾ ਪਤੀ ਪਿੰਡ ਦੇ ਇੱਕ ਕਿਸਾਨ ਦੇ ਘਰ ਗੋਹਾ ਕੂੜਾ ਚੁੱਕਦਾ ਹੈ। ਉਕਤ ਕਿਸਾਨ ਦੇ ਵਿਆਹੁਤਾ ਲੜਕੇ ਕੁਲਵਿੰਦਰ ਸਿੰਘ ਨੇ ਕਥਿਤ ਤੌਰ 'ਤੇ ਉਹਨਾਂ ਦੀ ਲੜਕੀ ਦਾ ਸਰੀਰਿਕ ਸ਼ੋਸ਼ਣ ਕੀਤਾ ਹੈ, ਪਰ ਮਾਮਲੇ ਨੂੰ ਦਬਾਉਣ ਲਈ ਉਹਨਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ। ਕਿਸੇ ਨੇ ਜੀ ਮਾੜੇ ਕੰਮ ਕਰ ਲਏ, ਮੁੰਡੇ ਦਾ ਨਾਮ ਕਿਹਾ ਜੀ ਨੇ ਮਾੜੇ ਕੰਮ ਕਰੇ ਆ? ਮੁੰਡੇ ਦਾ ਜੀ ਨਾਂ ਤਾਂ ਉਹ ਕੁੜੀ ਨੇ ਦੱਸਤਾ, ਕਹਿੰਦੇ ਕੁਲਵਿੰਦਰ ਹੈ ਜੀ। ਕੁੜੀ ਨੇ ਦੱਸ ਦਿਆ ਅੰਦਰ ਐਸਐਚਓ ਨੂੰ? ਹਾਂਜੀ। ਫੇਰ ਐਸਐਚਓ ਕਿਆ ਕਹਿੰਦਾ ਜੀ? ਉਹ ਤਾਂ ਕਹਿੰਦਾ ਭਈ ਅਸੀਂ ਜਿਹੜੀ ਕਾਰਵਾਈ ਕਰੂਗੇ ਵੀ ਅਸੀਂ ਕਰ ਸਕਦੇ ਆ, ਤੁਸੀਂ ਫਿਕਰ ਨਾ ਕਰੋ। ਅੱਛਾ। ਹਾਂ, ਉਹਦੇ ਘਰ ਵਾਲੀ ਨੇ ਕਿਹਾ ਵੀ ਤੁਸੀਂ ਨਿਬੇੜੋ, ਅਸੀਂ ਪੈਸੇ ਦਵਾਂਗੇ। ਕਿੰਨੇ ਪੈਸੇ ਦੇਣੇ ਇਹਦੇ ਉਹ ਦੋਨੋਂ? ਇਲਾਜ ਕਰਾਉਣੇ ਨੂੰ। ਅੱਛਾ। ਅਜੇ ਦਿੱਤੇ ਨਹੀਂ ਜੀ ਹੈਗੇ ਕੋਈ ਵੀ। ਨਹੀਂ, ਹੁਣ ਕਿਆ ਤੁਹਾਡੇ ਨਾਲ ਅੰਦਰ ਧੱਕਾ ਹੋ ਰਿਹਾ, ਕਿਆ ਦਬਾਅ ਪੈ ਰਿਹਾ ਫੈਸਲੇ ਦਾ ਜੀ? ਕੁਛ ਨਹੀਂ ਜੀ ਪੈ ਰਿਹਾ। ਇਹਦੇ ਵਿੱਚ ਇਹ ਹੈ ਜੀ, ਅਸੀਂ ਕੰਸਰਨਡ ਲੜਕੀ ਨੂੰ ਅਤੇ ਉਹਦੇ ਪੇਰੈਂਟਸ ਤੋਂ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਕਾਲ ਕੀਤਾ ਸੀਗਾ ਥਾਣੇ, ਅਤੇ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਹੈ। ਜਿਹੜੀ ਕੁੜੀ ਹੈਗੀ ਆ ਉਹਦੀ ਏਜ 20 ਸਾਲ 2 ਮਹੀਨੇ ਹੈ ਜੀ, ਐਜ਼ ਪਰ ਸਕੂਲ ਕੋਡ। ਅਤੇ ਕੁੜੀ ਨੇ ਵੀ, ਉਹਦੇ ਪੇਰੈਂਟਸ ਨੇ ਵੀ ਸਾਡੇ ਕੋਲ ਸਵੇ ਘੋਸ਼ਣਾ ਪੱਤਰ ਦਿੱਤੇ ਹੈਗੇ ਆ ਕਿ ਪਿਛਲੇ ਸਮੇਂ 'ਚ ਇਹਨੇ ਆਪਣੀ ਮਰਜ਼ੀ ਨਾਲ ਸਰੀਰਕ ਸੰਬੰਧ ਕਿਸੇ ਬੰਦੇ ਨਾਲ ਬਣਾਏ ਸੀਗੇ। ਇਹਦਾ ਨਿੱਜੀ ਮਾਮਲਾ ਹੈਗਾ, ਅਸੀਂ ਇਹਦੇ ਬਾਰੇ ਕੋਈ ਪੁਲਿਸ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ। ਖਰੜ ਤੋਂ ਡੇਵਿਡ ਵਰਮਾ ਦੀ ਰਿਪੋਰਟ, ਚੈਨਲ 2।